ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਵੀਰ ਬਣ ਕੇ ਲਾਇਓ ਹਿਸਾਬ ਨਾਲ ਤੁਸੀਂ, ਕਾਹ ਦਿਨ ਹੋ ਗਏ ਅੱਗੇ ਕਦੇ ਸ਼ਰਾਬੀ ਹੋਏ, ਆਇਆ ਨਾ ਫਿਰ ਬਚਣਾ ਤੁਸੀਂ ਮੇਨ ਬੰਦੇ, ਤੁਸੀਂ ਸ਼ਰਾਬੀ ਹੋ ਗਏ, ਲੱਗ ਜਾ ਭਾਈ ਲੱਗ ਜਾ, ਫਿਰ ਔਖਾ ਹੋ ਜਾਂਦਾ ਕੋਈ ਬੰਦਾ ਦੇਖਣ ਕਰਨ ਵਾਲਾ। ਚੀਜ਼ ਦੇਖੋ ਬੜੀ ਜੀ, ਇਹ ਤਾਂ ਤੁਸੀਂ ਜਮਾ ਇੱਕ ਨੰਬਰ ਗੂੰਗਾਰ ਪਾ ਕੇ ਕੱਢੀ ਆ, ਤੇਜ਼ਾਬ ਹੀ ਹੈ ਨਹੀਂ। ਹਾਂ ਇਹ ਤਾਂ ਸਪੈਸ਼ਲ, ਮੈਂ ਆਪਦੇ ਵਾਸਤੇ ਦਵਾਈ ਹੈ, ਇੱਕ ਤਰ੍ਹਾਂ ਦੀ ਦਵਾਈ ਦਵਾਈ ਮਾਰਾ, ਫਿਰ ਤੈਨੂੰ ਪਤਾ ਬਚਣੇ ਪਊਆ ਖਲਾਉਣਾ ਹੈ। ਵਾਰਡ ਚ ਥੋੜਾ ਕੰਮ ਖਰਾਬ ਹੈ, ਬਸ ਇਧਰ ਮੜੀ ਦਾਵ ਰੱਖੇ, ਨਾ ਨਾ ਇਧਰ ਕੱਢ ਜਾ ਭਮੋਖਾ, ਪਤਾ ਕਾਗਜ਼ ਚਕਾ ਦੇ ਸਾਡੇ ਵਾਲੇ ਵਾਰਡ ਚ ਤਾਂ। ਹਾਂ ਦਾਵ ਰੱਖੋ ਆਪ ਹੀ ਚੱਕ ਜੂ, ਚੱਕਣੇ ਪੈਣਗੇ। ਹਾਂ ਪੈਰੀ ਆ ਕਈ ਵਾਰੀ, ਮਤਲਬ ਨੇੜੇ ਦਿਨ ਆਏ, ਅੱਛਾ ਪੁਲਿਸ ਦਾ ਗੇੜਾ ਮਰਵਾਵਾਂਗੇ, ਮਰਵਾ ਦੇਵਾਂਗੇ। ਕੋਈ ਨੀ, ਕੋਈ ਬੰਦਾ ਪੈਸੇ ਟੱਕੇ ਬੰਦਦਾ ਜਾਂ ਮਤਲਬ ਕੋਈ ਬੰਦਾ ਨੀ ਹੁੰਦਾ, ਆਪਣੇ ਬੜਾ ਇਕੱਠ ਹੁੰਦਾ, ਡੱਬੀ ਸੁੱਖ ਨਾਲ ਚਾਰ ਲੱਗ ਜਾਂਦੇ, ਉਹਨਾਂ ਨੇ ਨੀ ਜਾਂਦਾ ਕੋਈ। ਬਸ ਫਿਰ ਤਾਂ ਆਪਣੀ ਸਰਪੰਚੀ ਪੱਕੀ ਹੈ, ਪੱਕੀ ਹੈ ਪੱਕੀ। ਉਹ ਤਾਂ ਯਾਰ ਜਿਹੜੇ ਦੋ ਚਾਰ ਬੰਦੇ ਦਾਰੂ ਵਾਲੇ ਪਿਆ ਕਾ ਨਾ, ਮਤਲਬ ਆਪਾਂ ਜਦੋਂ ਕੰਮ ਨੀ ਚਲਾਇਆ ਸੀ ਉਦੋਂ ਜਾਂਦੇ, ਠੀਕ ਹੈ ਠੀਕ ਹੈ। ਉਹ ਮੈਂ ਤਾੜ ਕੇ, ਕਹਿੰਦੇ ਬਾਬਾ ਹੁਣ ਨੀ ਜਾਂਦੇ, ਉਹ ਸਾਰੇ ਇੱਧਰ ਆਉਂਦੇ ਆ। ਬਸ ਠੀਕ ਹੈ, ਹਾਂ ਮੈਂ ਤਾੜ ਕੇ ਰੱਖੋ ਜਿਹੜੇ ਬੰਦੇ ਦੇ ਦਾਵ ਹੈ। ਬਾਕੀ ਇੱਕ ਗੱਲ ਹੋਰ ਆ, ਕਿਸੇ ਨੂੰ ਕਹਿਣ ਦੀ ਲੋੜ ਨੀ, ਚਾਰ ਦਿਨ ਜਿਹੜਾ ਕੋਈ ਵੱਧ ਪੀਂਦਾ ਉਹਨੂੰ, ਨਾ ਨਾ ਆਪਾਂ ਤਾਂ ਕਹਿੰਦੀ ਨੀ ਕਿਸੇ ਨੂੰ, ਉਹਨੂੰ ਕਹਿੰਦੇ ਭਾਈ ਖੇਤ ਵਗ ਜਾ, ਉੱਥੇ ਪਿਆ ਡੱਬਾ, ਉਹ ਮੁੰਡੇ ਬੈਠੇ ਹੁੰਦੇ ਆਪਣੇ, ਆਪੇ ਝੋਨੇ ਚ ਡਿੱਗੀ ਜਾਣਗੇ, ਭੈਣ ਦਾ ਟੁਣਕਣਾ ਗਿਆ, ਆਪਾਂ ਕੀ ਲੈਣਾ। ਆਪਾਂ ਤਾਂ ਜਿਹੜਾ ਬੋਤਲ ਮੰਗਦਾ ਬੋਤਲ ਦੇਣੇ ਆ, ਕੁਛ ਨੀ ਹੁੰਦਾ ਯਾਰ, ਵੱਧ ਲੱਗ ਜੂ ਭੈਣ ਚੋਦੀ, 50,000 ਦੀ 50,000 ਵੱਧ ਲੱਗ ਜੂ, ਕੀ ਗੱਲ ਆ, ਜਦੋਂ ਅਜੀ ਹੋ ਗਈ ਜਿੱਤਣੀ ਫਿਰ ਇਹ ਚ ਕਰੋ, ਨਾ ਨਾ ਕਰ ਜਾਂਗੇ ਪਾਰਟੀ ਯਾਰ, ਕਰਾਰਾ ਨੀ ਪੈਸਾ ਨੂੰ ਗਾਲ ਪੈ, ਕਰਾਰਾ ਕਰਾਰਾ ਤਾਂ ਯਾਰ ਹੁਣ ਦੁਕਾਨ ਖੁੱਲੀ ਨੀ ਹੋਣੀ, ਲੱਗ ਗਿਆ ਜਿਹੜਾ ਸੀਗਾ, ਗੰਢੇ ਗੁੰਡੇ ਚੀਰਨੇ ਪੈਣਗੇ ਯਾਰ, ਉਹ ਚੱਲ ਕੀ ਬੁੜੀਆਂ ਨੂੰ ਉਠਾਉਣਾ, ਦੇਖ ਲਓ ਭਾਈ ਫਿਰ ਤਾਂ ਕਾਹਨੂੰ ਕਾਹਨੂੰ ਯਾਰ, ਬਾਲਾ ਥੋੜੀ ਆਇਆ, ਆਦਰ ਮਾਨ ਹੀ ਹੁੰਦਾ ਇਹ ਤਾਂ, ਨਾ ਨਾ ਉਹ
ਜਿਹੜੇ ਚੀਰੇ ਸੀ ਨਾ ਲਾਗ ਗਏ ਗੰਢੇ ਗੁੰਢੇ ਸਲਾਦ ਭਰਾਵਾ 8 ਦਿਨ ਹੋ ਗਏ ਸੌਂ ਕੇ ਨਹੀਂ ਦੇਖਿਆ ਮੇਰੇ ਸੋਹਣਾ ਰਾਤ ਨੂੰ ਜਦੋਂ ਆਉਂਦੀ ਨਹੀਂ ਚਾਹੁੰਦਾ ਜਦੋਂ ਜਾਗ ਆ ਜਾਂਦੀ ਮੈਂ ਤਾਂ ਬੋਟਰ ਸੁੱਤੀ ਤੇ ਪੜਨਾ ਦਾ ਘੱਟ ਆਉਂਦਾ ਫੋਟੋਆਂ ਤਾਂ ਹਿਸਾਬ ਲਈ ਜਾਂਦਾ ਅੱਛਾ ਯਾ ਬੰਦਾ ਇੱਧਰ ਆ ਟਿੱਕ ਮਾਰ ਕਰਦਾ ਘਰ ਮੈਂ ਖਾਸੀਆਂ ਲਾਤੀਆਂ ਨਹੀਂ ਬਾਚਣੇ ਨੂੰ ਪਤਾ ਸਾਰਾ ਅੱਛਾ ਮੈਂ ਜਾਣਗਾ ਕੱਲੀ ਕੱਲੀ ਬੋਟ ਤੇ ਲਾਈ ਜਾਂਦਾ ਇਹ ਕਰੀ ਆਉਂਦਾ ਇਹ ਕਹਿੰਦਾ ਆਪਾਂ ਮੂਰੇ ਚੱਲ ਰਹੇ ਉਹਨਾਂ ਨਾਲ ਅੱਛਾ ਹਾਂ ਬਹੁਤ ਫਰਕ ਨਾਲ ਬਾ ਚੱਲ ਕਦੇ ਕੰਜਰੋ ਮੈਨੂੰ ਆ ਕਹੀ ਜਾ ਵਾਹ ਉਹ ਤੇਰੇ ਮਾਦਾ ਭਰਾਵਾ ਰੋਜ਼ ਬਲੱਡ ਦੀ ਗੋਲੀ ਲੈਣਾ ਪਰਵਾਹ ਨਾ ਮਨ ਜਿਤਿਆ ਕੇ ਕੱਢਾਂ ਯਾਰ ਓਏ ਆਪਣੇ ਪਿੰਡ ਦੇ ਬੰਦੇ ਥੋੜੇ ਚਗਲਾ ਦਿਲ ਨਹੀਂ ਖੜਦਾ ਐ ਤਾਂ ਗੱਲ ਹੈ ਕਹਿੰਦੇ ਕਿੱਧਰ ਆ ਪਾਉਂਦੇ ਕਿੱਧਰ ਜਾਂਦੇ ਕਿੱਧਰ ਐ ਤਾਂ ਗੱਲ ਹੈ ਭਰਾਵਾ ਨਹੀਂ ਆਪਾਂ ਘਰ ਜਿਹੜੇ ਬੰਨੇ ਉਹ ਹਿਲਣ ਵਾਲੇ ਤਾਂ ਹੈ ਨਹੀਂ ਆਪ ਅਸੀਂ ਤਾਂ ਯਾਰ ਜਿਹੜੇ ਬੰਦੇ ਮਤਲਬ ਫਰਕ ਲੱਗਦਾ ਚਾ ਸੌਹਾਂ ਸਿਫਤਾਂ ਨਾਲ ਦੀ ਨਾਲ ਲਈ ਹਾਂ ਬਸ ਠੀਕ ਹੈ ਭਾਈ ਸੌਂਦੇ ਹਾਂ ਸਾਨੂੰ ਤਵਾਰੀ ਨਹੀਂ ਸੌਂਦੇ ਸਾਡਾ ਦਿਲ ਨਹੀਂ ਖੜਦਾ ਨਹੀਂ ਖੜਦਾ ਤੇ ਕਹਿ ਰਹੋ ਉਹ ਬਾਹਰਲੀ ਢਾਣੀ ਯਾਰ ਕਹਿੰਦੇ ਉਧਰ ਡਰਾਈਵਰ ਕੰਨੀ ਹੋ ਰਹੀ ਹੈ ਬਾਹਰਲੀ ਢਾਣੀ ਹਾਂ ਉਹ ਕੀ ਆ ਉਹਨਾਂ ਕੀ ਵਜਦੇ ਆ ਉਹ ਅੱਛਾ ਉਹ ਤੇਰੇ ਮੂਕੇ ਹਾਂ ਮੂਕੇ ਤਾਂ ਉਹਨਾਂ ਦੇ ਭਾਈ ਬੰਦੇ ਨਾ ਮੂਕਿਆਂ ਦੀ ਢਾਣੀ ਕਹਿ ਜਾ ਬਾਹਰਲੀ ਬਾਹਰਲੀ ਉਹ ਤਾਂ ਮਤਲਬ ਯਾਰ ਬੰਤ ਭਾਈ ਗੱਲ ਉੱਥੇ ਹੋਰ ਲੋਟ ਆ ਕਿਵੇਂ ਕੋਈ ਰਪਾ ਦਾ ਜੇ ਕੋਈ ਕਿਸੇ ਲੋਟ ਪਾਪ ਤਾਂ ਮੰਨ ਲਾ ਵੀ ਦੋ ਤਾਂ ਵੀ ਬਾਵਾ ਉਹ ਟਾਣੀ ਦੀਆਂ ਵੋਟਾਂ ਦਾ ਹੈ ਦੋ ਚਾਰ ਘਰ ਤਾਂ ਖਿੱਚ ਲਾਂਗੇ ਅੱਛਾ ਬਾਕੀ ਨਾ ਜਿਹੜੇ ਉੱਥੇ ਬੰਦੇ ਪਦ ਸੋਂਗੂ ਵਾਲੇ ਜਾਂਦੇ ਆ ਹਾਂ ਉਹ ਜ਼ੋਰ ਹੀ ਵਾਲਾ ਹੀ ਜਾਂਦੇ ਜਿਹੜੇ ਸੋਂਗੂ ਬੰਦੇ ਹੁੰਦੇ ਉਹ ਜ਼ੋਰ ਵਾਲਾ ਮਾਰਦੇ ਹੁੰਦੇ ਕਈ ਬੰਦਿਆਂ ਨੇ ਤਾਂ ਮਤਲਬ ਵੀ ਮੋਟਰਸਾਈਕਲਾਂ ਦੇ ਟਾਇਰ ਚੱਕ ਤੇ ਮਾਰ ਮਾਰ ਗੇੜੇ ਉੱਥੇ ਅੱਛਾ ਜੀ ਹਾਂ ਉਹ ਤਾਂ ਇੰਨਾ ਕੀ ਭਾਲਦੇ ਕੀ ਦੇ ਤਾਂ ਉਹਨਾਂ ਨੂੰ ਇਹ ਜਾਂ ਉਹ ਭਾਈ ਪੰਜ ਚਾਰ ਵਾਰੀ ਸੰਮਤੀ ਨਾਲ ਸਰਪੰਚ ਰਹਿ ਗਿਆ ਸਲਾਹ ਲੈਣੀ ਆਂਡਿਆ ਉਹੀ ਤਾਂ ਗੱਲ ਆ ਚਲੋ ਆਲੇ ਦੀ ਮਰਜ਼ੀ ਆ ਯਾਰ ਫਿਰਨ ਦੇ ਆਪਾਂ ਨੂੰ ਕੀ ਹੈ ਉਹਨਾਂ ਨੂੰ ਅਕਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਮਤਲਬ ਵੀ ਉੱਥੇ ਜਾ ਕੇ ਪ੍ਰਚਾਰ ਕਰੀ ਜਾਂਦੇ ਆ ਉਹ ਮਗਰ ਲੱਗੀ ਜਾਂਦੇ ਆ ਜਿਵੇਂ ਕਹਿਣਾ ਬੰਦੇ ਉੱਥੇ ਸੋਂਗੂ ਬਾਲੇ ਜਾਂਦੇ ਆਪਾਂ ਕਦੇ ਗੇੜਾ ਨਹੀਂ ਮਾਰਿਆ ਜਿਹੜੇ ਆਪਣੇ ਬੰਦੇ ਉਹ ਸਾਰੇ ਆਪਾਂ ਨੂੰ ਪਾਉਣਗੇ ਦੋ ਤਿੰਨ ਮੁੰਡੇ ਤਾਂ ਹੈਗੇ ਆਪਾਂ ਨੂੰ ਉਹ ਪਾਉਣਗੇ ਤਾਂ ਯਾਰ ਮਤਲਬ ਬਾਬਲੀ ਵਰਗੇ ਹੈਗੇ ਆ ਹਾਂ ਜੇ 8 ਘਰ ਨੇ ਹਾਂ 8 ਚੋਂ ਮਤਲਬ ਵੀ ਛੀ ਘਰ ਆਪਣੇ ਵੀ ਨਹੀਂ ਦੋ ਬਾਹਰ ਜਾਂਦੇ ਦੋ ਨਾਲ ਕੀ ਕਰਦੇ ਉਹ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਤੇਰੇ ਫਿਰ ਨਹੀਂ ਵੱਧ ਤੋਂ ਵੱਧ 10 ਬੋਟਾਂ ਹੁਣ ਬਸ ਮਾੜੀਆਂ ਮੋਟੀਆਂ ਤਾਂ ਆਏ ਤਾਂ ਭਾਈ ਉਹਨਾਂ ਨੂੰ ਵੀ ਪੈਣਗੀ ਆਏ ਤਾਂ ਫਿਰ ਜਮੀ ਨਾ ਪਈ ਬੋਟ ਫਿਰ ਤਾਂ ਜਮੀ ਨਾ ਕਰ ਆਏ ਤਾਂ ਭੈਣ ਜੋ ਤਾਂ ਮਾੜੀ ਮੋਟੀ ਦਾਵ ਅੰਦਰ ਜੰਟ ਮੈਂ ਬੈਠੂ ਕੋਈ 10 ਵੀ ਕੈਂਸਰ ਵੀ ਕਰਾ ਦੇਾਂਗੇ ਧੱਕੇ ਨਾਲ ਜੁਲੀ ਪਾ ਦੇਾਂਗੇ ਧੱਕਾਂਗੇ ਜਾਏ ਕੋਈ ਧੱਕਾ ਲਾਵਾਂਗੇ ਯਾਰ ਜਿੱਤਣਾ ਆਪਾਂ ਯਾਰ ਪੈਸੇ ਪੂਸੇ ਪਰਵਾਹ ਨਾ ਮੰਨਿਓ ਪੈਸੇ ਸਿਆਣੇ ਬੰਦੇ ਦਾ ਫਰਕ ਅਗਲਾ ਫੜਦਾ ਨੀ ਅਗਲਾ ਕਹਿੰਦਾ ਗੱਲ ਕਰ ਪਿਛਲੇ ਪਲਾਨ ਸਾਨੂੰ ਸਾਰਾ ਤੈਨੂੰ ਪਤਾ ਹੀ ਹੁਣ ਕਿਹੜੇ ਬੰਦੇ ਲੈਂਦੇ ਪੜਦੇ ਨਾਲ ਆਪਾਂ ਕਿਸੇ ਦਾ ਕੀ ਨਾਂ ਅਗਲੇ ਦਾ ਯਾਰ ਆਪਾਂ ਤਾਂ ਯਾਰ ਵੋਟ ਪਾਈ ਆਪਾਂ ਕਿਉਂ ਭਾਈ ਬੰਦੇ ਦਾ ਕੋਈ ਸਰਦਾ ਨੀ ਉਹ ਲੈਣਾ ਵੀ ਪੈਂਦਾ 10 ਰੁਪਏ ਸਾਰੀ ਕਰਨਾ ਹਾਂ ਹਾਂ ਕਰਨਾ ਪੈਂਦਾ ਜੇ ਕੋਈ ਮਤਲਬ 10 ਰੁਪਏ ਲੈ ਕੇ ਵੀ ਪਾ ਦੇ ਤਾਂ ਵੀ ਚੰਗੀ ਗੱਲ ਹੈ ਹਾਂ ਛੂਟ ਵੰਡ ਗਏ ਭਰ ਲਿਆ ਗੱਡੀ ਕੀ ਹੁੰਦਾ ਠੀਕ ਆ।
ਮੁੰਡਾ ਹੈਗਾ ਲਿਆ ਜੀ ਆਪਣਾ ਦੁਕਾਨ ਵਾਲਾ, ਕਹਿੰਦਾ ਰੇਟ ਤੇ ਦੇ ਦਿੱਤਾ ਤੁਹਾਨੂੰ। ਮੈਂ ਆਖਿਆ ਕਹਿੰਦੇ ਵੀ ਬੰਦੇ ਦਾ ਦਾਰੂ ਪਿਆ ਤੇ ਸਾਨੂੰ ਕੀ ਦਿੰਦੇ ਹੋ, ਬੁੜੀਆਂ ਵੀ ਆਖਣੀਆਂ ਭਾਈ ਸਾਨੂੰ ਕੀ ਦਿੱਤਾ, ਤੁਸੀਂ ਆਹ ਗੱਲ ਕਹਿ ਕਰੋ ਬੁੜੀਆਂ ਨੂੰ, ਅਸੀਂ ਕਰਾਂਗੇ ਤੇਰੇ ਗੱਲ ਸਿਆਣੀ ਹੋਰ। ਕੋਈ ਸੂਟ ਲਾ ਲਾ ਹੋਰ ਹੁੰਦੇ ਆ ਲਾਲ ਚ। ਇੱਕ ਯਾਰ ਨਾ ਮੈਂ ਅੱਜ ਮਤਲਬ ਲਾਈ ਗਿਆ, ਲੰਬਰ ਨੀ ਲੱਗਾ ਤੇਰਾ, ਲੰਬਰ ਭਾਰਿਆ ਸੀ ਯਾਰ, ਕਿਉਂ ਲੱਗਿਆ ਕਿਉਂ ਨੀ ਇਹ ਲੰਬਰ ਇੱਥੇ ਭਰ, ਮੈਨੂੰ ਨਿਸ਼ਾਨੀ ਰਹੂ ਨੰਬਰ ਤਾਂ ਭਰ ਦਿੰਦਾ ਇੱਥੇ ਭਰ ਦੇ, ਮਤਲਬ ਉੱਤੇ ਕੁਛ ਅੱਬੂ ਜਿਹੜੀ ਫੋਟੋ ਲਾ ਮੈਂ ਉਹਦੇ ਨਾਲ ਹਿਸਾਬ ਨਾਲ ਲਾ ਲੂ, ਠੀਕ ਹੈ, ਜਿਹੇ ਜਿਹਾ ਤੇਰਾ ਮੂੰਹ ਉਹ ਹਿਸਾਬ ਨਾਲ ਲਾ ਦੇ, ਮੂੰਹ ਕਿਵੇਂ ਵੀ ਮਤਲਬ ਦੇਖ ਕੇ ਛਾਣ ਆ ਲਾਤੀ ਫੋਟੋ ਉੱਤੇ, ਮੇਰੀ ਫੋਟੋ ਹੀ ਲਾਤੀ, ਲੰਬਰ ਤਾਂ ਵਿੱਚ ਹੀ ਸੀਗਾ ਉਹ, ਆ ਫੋਟੋ ਲਾਤੀ ਨੰਬਰ ਤਾਂ ਵਿੱਚ ਹੀ ਸੀ, ਹੁਣ ਨਿਸ਼ਾਨੀ ਆ ਜੂ ਮੈਨੂੰ, ਕਈ ਵਾਰੀ ਕੋਈ ਖਬਰ ਸਾਰ ਨਹੀਂ, ਹਾਂ ਨੰਬਰ ਤਾਂ ਚਾਹੀਦਾ ਹੈ, ਲੈਣੀ ਪੈਂਦੀ, ਤੇਰੇ ਕੋਲ ਤਾਂ ਹੈਗਾ ਬਤਨਿਆ, ਮੇਰੇ ਕੋਲ ਤਾਂ ਹੈਗਾ, ਮੇਰੇ ਕੋਲ ਤਾਂ 6 ਵਾ, ਬਸ ਠੀਕ ਹੈ, ਜਵਾਕਾਂ ਜਣੇ ਕਰਕੇ ਦਿੱਤਾ ਹੁਣ ਕਰਨਾ ਤਾਂ ਹੋਊਗਾ, 4 ਦੇਣਾ 20 ਬਣ ਕੇ ਕੱਟ ਲੋ ਤੰਗੀ, ਮੈਂ ਤਾਂ ਬਾਛੇ ਨੇ ਇਹਨੂੰ ਵੀ ਆਖਿਆ ਸੀ ਇਹਨਾਂ ਦੇ ਵਿੱਚ ਘਰ ਉੱਧਰ ਫਿਰਦੇ ਆ ਨਾ, ਮੈਨੂੰ ਆਖਿਆ ਮੈਂ ਕਿਹਾ ਭਾਈ ਦਾ ਆਪਾਂ ਮਨ ਵਿੱਚ ਦੀ ਗੱਲ ਨਾ ਇਹਨੂੰ ਦੱਸੀ, ਬੰਦਾ ਦੋ ਵਾਲੇ ਗਿਆ, ਨਾ ਨਾ ਉਹ ਤਾਂ ਮੈਨੂੰ ਪਤਾ ਹੈ, ਗੱਲ ਇਹਨੂੰ ਮੈਂ ਐਂ ਕਹਿਣਾ, ਮੈਂ ਆਖਿਆ ਬਚਨੇ ਕਿ ਜੋ ਘਰ ਆ ਉਧਰਲੇ ਪਾਸੇ, ਮੈਂ ਕਹਿੰਦਾ ਦਾ ਪਵਾ ਬਚਨੇ, ਉਹ ਤਾਂ ਹੁਣ ਭਾਈ ਫਿਰ ਬਚਨੇ ਦੇ ਸਿਰ ਤੇ ਆਉਣਾ, ਪਤਾ ਕੀ ਗੱਲ ਹੈ, ਮੇਰੇ ਸਿੱਤੇ ਛੱਡ ਦੋ ਕੋਈ ਪਰਵਾਹ ਨਾ ਮੈਨੂੰ ਤੁਸੀਂ ਯਾਰ, ਇਹ ਗੱਲ ਹੁੰਦੀ ਆ ਮਗਰੋਂ ਗੱਲ ਚ ਫਰਕ ਪੈ ਜਾਂਦਾ, ਹਾਂ ਹਾਂ ਪਹਿਲਾਂ ਮਰਦੀ ਦੀ ਸੀ, ਸਹੀ ਗੱਲ ਹੈ, ਤਾਂ ਤੇਰੀ ਸਿਆਣੀ ਆ ਗੱਲ, ਤੂੰ ਮੱਕੜ ਡਾ ਦੇਂਗੇ ਡਰ ਨਾ, ਤੂੰ ਹੁਣ ਗਲਾਸ ਕਿੱਥੇ ਡਾ ਇੱਧਰ ਪਿਆ, ਭੈਣ ਜੀ ਭਾਈ ਪੜ ਜਾਂਗੇ ਜੀ ਕਾਕੜੀ, ਦਾਰੂ ਬਹੁਤ ਅਸਲ ਬਣਾਈ, ਦਾਰੂ ਤਾਂ ਤੁਹਾਨੂੰ ਦੱਸਿਆ, ਉਹ ਲੋਟ ਹੋ ਕੇ ਬੈਠਾ ਯਾਰ, ਬਾਰੀ ਬਾਰੀ ਹੈ ਲੋਟ ਹੋ ਕੇ ਬੈਠਾ, ਹਾਂ ਲੋਟ ਨਹੀਂ ਮਸ਼ੀ ਵਾਲਾ ਬੰਤ ਫਿਰਦਾ ਜੀ, ਬਾਲੀ ਮਤਲਬ ਮੇਰੇ ਤਾਂ ਇੱਕ ਚੀਜ਼ ਇੱਕ ਨੰਬਰ, ਇੱਕ ਗੱਲ ਆ ਕਿਤੇ ਮਤਲਬ ਬੰਤ ਗੱਲਾਂ ਕਰਨੀਆਂ ਪੈ ਜਾਂਦੀਆਂ, ਕਿਤੇ ਚਾਚਾ ਦਲਬਾਰਾ ਜਿਉਂਦਾ ਹੁੰਦਾ, ਉਹਦਾ ਫਿਰ ਤੈਨੂੰ ਪਤਾ ਹੀ ਆ, ਹੁਣ ਚੰਦ ਬੜਾ ਦਲੇਰ ਜੱਟ ਸੀ ਭਰਾਵਾ, ਉਹ ਨੀ ਉਹ ਤਾਂ ਇਹੋ ਜਿਹਾ ਬੰਦਾ ਸੀ, ਮਤਲਬ ਬੰਦਾ ਕੀ ਉੱਠਣ ਦਿੰਦਾ, ਨਾ ਜੀ ਉਹ ਤਾਂ ਕਹਿ ਦਿੰਦਾ ਵੀ ਮੈਂ ਉੱਠਣਾ, ਕਿਸ ਕੋਈ ਮਤਲੀ ਬੰਦਾ ਉਹਦੇ ਮੂਹਰੇ ਕੋਈ ਬੋਲਦਾ ਵੀ ਨਹੀਂ ਸੀ, ਕੋਈ ਉਹ ਤਾਂ ਬੰਦਾ ਹੀ ਸੀ, ਉਹ ਸੀ ਪੜ ਜੀ ਹੈਗਾ, ਤੁਸੀਂ ਫਿਰ ਹੁਣ ਹੱਲ ਵੀ ਕੀ ਆ ਦੱਸ ਆਪਣੇ ਕੋਲੇ, ਫਿਰ ਭਾਣਾ ਭਾਣਾ ਮੰਨ, ਹਾਂ ਫਿਰ ਹੁਣ ਦੱਸ ਕੀ ਕਰਗੇ, ਇਹਦਾ ਰੱਬ ਦੀ ਖੇਡ ਆ, ਹੁਣ ਕੋਈ ਆਪਣੇ ਸਾਰੇ ਤਾਂ ਨੀ, ਉਹ ਸਰਪੰਚੀ ਤੇਰੀ ਆ ਗੱਲਾਂ ਕਿਹੜੀਆਂ ਕਰਦਾ, ਹੁਣ ਪਤਾ ਬੰਦਾ ਯਾਦ ਆ ਜਾਂਦਾ ਗੱਲ ਛੜੀ ਤੋਂ, ਉਹਦੇ ਵਰਗਾ ਤਾਂ ਕੌਣ ਬਣ ਜੂ, ਇੱਕ ਸਾਲ ਸਾਡੇ ਚੂੜੀ ਬੁੱਕ ਗਈ, ਅੱਛਾ ਮੈਂ ਕਿਹਾ ਚਾਚਾ ਚੂੜੀ
ਚਾਰ ਗੱਡੀਆਂ ਭਰ ਕੇ ਲਿਓ ਫਿਰ ਪਤਾ ਹੁਣ ਫਿਰ ਕਰਗੇ ਵੀ ਕੀ ਦੱਸ ਮੋੜਨ ਦੀ ਲੋੜ ਦੀ ਆਪਦਾ ਪਾਓ ਹੋਰ ਉਹ ਬੰਦੇ ਉਹ ਬੰਦੇ ਦੀ ਰੀਸ ਕੌਣ ਕਰ ਲੂ ਨਾ ਤੁਸੀਂ ਦੋ ਬੰਦੇ ਹੋ ਯਾਰ ਫਿਕਰ ਕਾਹਦਾ ਤੁਹਾਡੇ ਹੁੰਦੇ ਮੈਨੂੰ ਤੇਰਾ ਮੁੰਡਾ ਆ ਗਿਆ ਯਾਰ ਲੋਟ ਹੋ ਕੇ ਬੈਠ ਗਿਆ ਉਹ ਲੜੂਗਾ ਤੈਨੂੰ ਬੋਲਦਾ ਯਾਰ ਚੰਦ ਨਾ ਨਾ ਪਹਿਲਾਂ ਯਾਰ ਕਾਨ ਫੁਰਜੀ ਦਿਆ ਆਪਣੇ ਬਾਪੂ ਦੀ ਚਾਚੇ ਦਰਬਾਰ ਨਾਲ ਪੱਗ ਬੱਟੀ ਜਾ ਰਹੀਆਂ ਹੁੰਦੀਆਂ ਤੂੰ ਫੁਰਜੀ ਦੇ ਦੋਗ ਲਾ ਕੇ ਪਿਓ ਤੋਂ ਬਾਹਰ ਤੁਰਿਆ ਫਿਰਦਾ ਗਦਾਰ ਕੋਈ ਨੀ ਚੱਲ ਜਵਾਕ ਤੂੰ ਗਦਾਰ ਭੋਸੜੀ ਦੇ ਡਰਾਈਵਰ ਨੂੰ ਬੋਲਦੇ ਹੋ ਯਾਰ ਅਸੀਂ ਜਾ ਰਹੀਆਂ ਤੇ ਖੜਦੇ ਆ ਜਿੱਥੇ ਯਾਰੀ ਆ ਯਾਰੀ ਚੱਲ ਇਹ ਵੀ ਆਪਣਾ ਮੁੰਡੇ ਹੀ ਆ ਬਚਣਾ ਡਰਾਈਵਰ ਨਾਲ ਕਰੀ ਯਾਰੀ ਯਾਰ ਸਾਡੇ ਚਾਚੇ ਦਲਬਾਰੇ ਤੋਂ ਲੈ ਕੇ ਸਾਡਾ ਬਰਸਤ ਪ੍ਰਤਿਭਾ ਚਾਚੇ ਦਲਬਾਰੇ ਤੋਂ ਲੈ ਕੇ ਸਾਡੀਆਂ ਪੱਗਾਂ ਬੱਟੀਆਂ ਜਾ ਰਹੀਆਂ ਨੇ ਮਰੀ ਜਾਂਦਾ ਯਾਰ ਤੈਨੂੰ ਇੱਧਰ ਆਖਿਆ ਸੀ ਕਿੱਧਰ ਤੁਰਿਆ ਤੁਸੀਂ ਐਂ ਕਰੋ ਤੂੰ ਉਹਦੇ ਨਾਲ ਫੂਦੀ ਦੇ ਜਿੱਤ ਕੇ ਦਿਖਾਈ ਤੂੰ ਨਾਲੇ ਹਟਾ ਕੇ ਕੱਢਾ ਅਜੇ ਫੜ ਜੋ ਆ ਫੜ ਜੋ ਪਾਲਾ ਯਾਰ ਤੂੰ ਕਾਹਨੂੰ ਬੋਲਿਆ ਤੇਰਾ ਪਿਓ ਕਾਹਨੂੰ ਚਾਹੁੰਦਾ ਇਹਨੂੰ ਤੁਸੀਂ ਅੱਜ ਦੇ ਜੰਮੇ ਹੋਲੇ ਤਾਇਆ ਮੈਂ ਤੈਨੂੰ ਸਹੀ ਗੱਲ ਦੱਸਦਾ ਮੈਨੂੰ ਅੱਗ ਚ ਝੋਕਦੇ ਪਵਾਂ ਜੀ ਤੇ ਯਾਰ ਉਧਰ ਵੀ ਡਰਾਈਵਰ ਤੁਸੀਂ ਆਏ ਭੱਜ ਕੇ ਉਂਗਲ ਕਾਹਨੂੰ ਕੰਜਰਾ ਮੇਰੀ ਕੋਈ ਅੱਜ ਦੀ ਲਿਆ ਜਾਂਦਾ ਨਾਲ ਵਾਹ ਹੋਏ ਤੇਰੇ ਬਾਲੀ ਪੜੀ ਹੂ ਕੁੱਤੇ ਖਾਣੀ ਵਾਲਾ ਕੰਜਰਾ ਮੇਰੀ ਦਾਰੂ ਲੋਕ ਮੇਰੀਆਂ ਮਿੰਨਤਾਂ ਕਰਦੇ ਆ ਕੰਜਰਾ ਦਾਰੂ ਪਿੱਛੇ ਆਉਂਦੇ ਮੇਰੇ ਕੋਲ ਖੜਾ ਹੋ ਘਰੇ ਚੱਲ ਗਏ ਨਾ ਭਰਾ ਵਾ ਖੜਾ ਹੋ
ਚਾਚੇ ਦਲਬਾਰੇ ਦੀ ਲਿਹਾਜ ਨੂੰ ਆਉਂਦੇ ਆ ਯਾਰ, ਘਰੇ ਚੱਲੀ ਤੇਰੀ ਰਹੂੰਗਾ ਰਿਮਾਂਡ ਤੇਰਾ, ਮੇਰਾ ਡਬੜਾ ਵੀ ਨਹੀਂ ਫਾਲ ਉਹੀ ਗੱਲ ਫਿਰ ਪਾਲਿਆ ਸ਼ਰਾ ਯਾਰ ਕਾਹਨ ਦਿੰਦਾ ਕਿਹੜਾ ਲੋਹੜਾ ਦਿੰਦਾ ਕਿਹੜਾ ਉਹ ਫਿਰ ਇਹਦੀ ਪੀਤੀ ਆ ਤੂੰ ਤਾਂ ਸਿਆਣਾ ਯਾਰ ਯਾਰ ਤੂੰ ਪਹਿਲਾਂ ਮਗਰ ਲੈਣ ਕੀ ਆਇਆ ਆਪੇ ਆਜੂ ਜਦ ਬਿਰਕਾਂ ਤੇ ਛੱਡੇ ਨੇ ਮਗਰ ਤੁਸੀਂ ਪਿਓ ਪੁੱਤ ਕਿਸੇ ਪਿੱਛੇ ਕਿਉਂ ਲੜਦੇ ਹੋ ਚੌਂਚੇ ਆ ਉਹਦੇ ਚੌਂਚੇ ਬਣਦੇ ਪਿਓ ਨੂੰ ਮਾਰ ਦੋ ਪਿਓ ਮਗਰ ਨਾ ਹੀ ਵੋਟਾਂ ਚ ਫੁੱਜੀ ਗਿਆ ਪਿਓ ਜਿੱਥੇ ਖੜ ਕੇ ਹੋਰ ਨੀ ਖੜਦਾ ਕੋਈ ਕੋਈ ਨੀ ਫਿਰ ਜਿਹਨੇ ਜਿੱਤਣਾ ਹੋਇਆ ਜਿੱਚ ਨੂੰ ਤੁਸੀਂ ਪਾਣੀ ਦੀ ਚੂਲੀ ਭਰਦੀਆਂ ਪਰਸੋਂ ਹੀ ਭਰੀ ਡਰਾਈਵਰ ਦੇ ਨਾਲ ਡਰਾਈਵਰ ਦੀ ਭੈਣ ਗੜੀ ਆ ਮੈਂ ਡਰਾਈਵਰ ਕੋਲ ਚੂਲੀ ਕਿਉਂ ਭਰਦਾ ਯਾਰ ਤੂੰ ਸਾਨੂੰ ਹੀ ਲੜਵਾਉਣਾ ਯਾਰ ਮੈਨੂੰ ਯਕੀਨ ਆ ਯਾਰ ਮੱਚ ਨੂੰ ਚੱਕਰ ਗਿਆ ਬੰਦਾ ਉਹ ਤਾਂ ਫਿਰ ਕਹਿਣਾ ਹੀ ਹੁੰਦਾ ਉਹ ਕਹਿੰਦਾ ਵੀ ਟਾਇਆ ਮੇਰੇ ਮਖਾ ਪੈਸੇ ਦਾ ਮੈਨੂੰ ਰੋਜ਼ ਚੱਕਰ ਦੀ ਉਹ ਯਾਰ ਘਰੇ ਵੀ ਨੀ ਆਏ ਪਿੰਡ ਦੇ ਬੰਦੇ ਮਾਰੀ ਬਚਨਾ ਯਾਰ ਤਾਂ